بحق بسم اللہ الرحمن الرحیم لی خمسۃ بحق مظلوم میرا اللہ جو حاضر بیٹھے گناہ معاف فرما ذرا آگے گیا ون آزاداری سائی و محنت منظور و مقبول فرما جنہ مرحومین واسطے ذکر پاک کرایا جا رہا ہے بے اکے جناب سیدہ سلام اللہ علیہ انہوں دے درجات مزید بلند فرما مالک اوکھا جی دور ہر شریف دی عزت نو محفوظ فرما علی ولی اللہ پڑھن والے عزاداراں دا تحفظ فرما امام زمن دا جلد ظہور فرما اللہم صلی علی پڑھو صلوات سائیاں دی عظیم عبادت ہے بلند آواز نال سارے صلوات اچھی صلوات پڑھنا بڑا ثواب ہے بلند آواز لا حول ولا قوة الا باللہ العلی العظیم بسم اللہ الرحمن الرحیم الصلوات الحمد للہ رب العالمین والعاقبت للمتقین والجنت للمؤمنین والنار للکافرین والمنافقین الصلاۃ والسلام علی رسول الکریم ابی القاسم محمد صلوات اما بعد بسم اللہ الرحمن الرحیم ان الدین عند اللہ الاسلام صلوات سارے صلوات پڑھو بڑا ثواب ہے اہل بیت دی اللہ نیک حاجات منظور فرماوے آمین آکھی کرو اللہ حاضرین دے بچوں دی زندگی دراز فرماوے بطول دی عزت و عظمت دا صدقہ اللہ بیماراں نوں شفا دےوے امام حسین دی آخری نماز دا صدقہ اللہ سید کریم حیدر شاہ کو شفا کلی کاملہ عاجلہ عطا ایسی صلوات پڑھو اللہ گناہ معاف فرما لے اللہ پیر کریم حیدر تو سائے ٹیک لگ بول رہا گیا ہونا اتھا اگے تھوڑے دن اس ستون جی جی ٹیک لگ کے باؤ پڑھو صلوات بلند آواز نال اللہ مرحومین دے درجات بلند فرماوے جنہ واسطے یہ ذکر پاک کرایا جا رہے ہے اللہ مرحومین دے درجات بلند فرما مالک بھی فرمیندا ہے میرا سونا بندہ میں تے کو سونا بنا کے حسین بنا کے
ਈ ਜਹਾਨ ਤੇ ਕੋ ਭੇਜੇ ਕਦਾਂ ਸੋਚੇ ਵੀ ਕਿਉਂ ਭੇਜਮ। ਸਮਝ ਆਉਂਦੀ ਭੇਜ ਗਰਜ਼ੇ ਖਿਲਕਤ ਕਿਆ ਹਾ ਇਹ ਜੋ ਮੁਫਤ ਬਣਾਇਮ ਚਾਰ ਆਨੇ ਨਿਮੀ ਗਿੱਧੇ ਨਾ ਤੇਰੇ ਪਿਓ ਅਤੇ ਮਾਂ ਕੋਲੋਂ ਨਾ ਤੇਰੇ ਖਾਨਦਾਨ ਕੋਲੋਂ ਦੁਆ ਦੇ ਬਦਲੇ ਮਾਲਿਕ ਆਦੇ ਮੈਂ ਤੇ ਕੋ ਜਹਾਨ ਚ ਭੇਜੇ ਦੁਆ ਦੇ ਬਦਲੇ ਸਿਰ ਨਾ ਲਓ ਜ਼ਬਾਨ ਮਾਲਿਕ ਆਦੇ ਮੈਂ ਦੁਆ ਦੇ ਬਦਲੇ ਤੇ ਕੋਈ ਜਹਾਨ ਚ ਭੇਜੇ ਤੇਰੇ ਪਿਓ ਮਾਂ ਦੁਆ ਮੰਗੀਏ ਬੇਵਾਰਿਸ ਹੈ ਵਾਰਿਸ ਦੇ ਔਲਾਦ ਅਤਾ ਕਰ ਮੇਰਾ ਅੱਲਾਹ ਤੇ ਕੋ 14 ਦੀ ਇੱਜ਼ਤ ਵਾਸਤੇ ਵਾਸਤੇ ਕੋ ਸਾਹਮਣੇ ਰੱਖ ਕੇ ਮੈਂ ਖਾਲੀ ਨਹੀਂ ਵਲਾਇਆ। ਸਮਝ ਆਉਂਦੀ ਭਾਈ ਮਾਲ ਤੁਹਾਡੀ ਇੱਜ਼ਤ ਮਾਲਿਕ ਆਦੇ ਮੈਂ ਤੇ ਕੋ ਜਹਾਨ ਚ ਭੇਜੇ ਮੁਫਤ ਸੋਹਣਾ ਬਣਾ ਕੇ ਭੇਜਮ ਬੇਐਬ ਬਣਾ ਕੇ ਭੇਜਮ ਗਰਜ਼ੇ ਖਿਲਕਤ ਕਿਆ ਹਾਈ ਕਿਉਂ ਬਣਾਇਮ ਕਿਸ ਵਾਸਤੇ ਭੇਜਮ 70 ਸਾਲ ਜ਼ਿੰਦਗੀ ਦਿੱਤੀਮ 80 ਸਾਲ ਜ਼ਿੰਦਗੀ ਦਿੱਤੀਮ 25 ਸਾਲ 20 ਸਾਲ ਸ਼ੀਆ ਮਿਆਣੀ ਚੋਂ ਘੰਟਾ ਘਰ ਕੋਈ ਵਜੇ ਤਾਂ ਹੀ ਬਗੈਰ ਕੰਮ ਦੇ ਨਹੀਂ ਵਹਿੰਦਾ ਤੁਸਾਂ ਸਿਰ ਹਿਲਾਓ ਮੈਂ ਠੀਕ ਆਖ ਇਹ ਹਕੀਕਤ ਵੀ ਆਂਦਣ ਵਹਿੰਦਣ ਦਾ 100-125 ਰੁਪਇਆ ਰਕਸ਼ਿਆ ਲੱਗੀ ਰੀਤ ਸੀ ਕੌਣ ਵਰਿੰਦੇ ਮੁਫਤ ਮੈਂ ਤਾਂ ਇਹੋ ਜਿਹਾ ਬੰਦਾ ਕੌਣ ਹੀ ਡਿੱਠਾ ਜਾ ਮਿਲਾ ਹੋਵੇ ਘੰਟੇ ਘਰ ਜੀ ਕਿੱਥਾਂ ਘਰ ਜੀ ਸ਼ੀਆ ਮਿਆਣੀ ਕਿਵੇਂ ਆਇਆ ਜੀ ਇਵੇਂ ਆਇਆ ਬਤ ਕੰਮ ਤੋਂ ਬਗੈਰ ਕਿਤੇ ਕੋਈ ਬੰਦਾ ਵਹਿੰਦਾ ਨਹੀਂ ਜਦੋਂ ਤੂੰ ਸ਼ੀਆ ਮਿਆਣੀ 'ਚੋਂ 3 ਕਿਲੋਮੀਟਰ ਘੰਟੇ ਘਰ ਬਗੈਰ ਜ਼ਰੂਰਤ ਦੇ ਕੰਮ ਦੇ ਤੂੰ ਇਤਨਾ ਨਹੀਂ ਵਹਿੰਦਾ ਅੱਲਾ 70 ਸਾਲ ਦੀ ਜ਼ਿੰਦਗੀ ਦੇ ਕੇ ਇਵੇਂ ਭੇਜ ਦਿੱਤਾ ਕੋਈ ਕੰਮ ਕੋਈ ਥੋੜ੍ਹਾ ਥੋੜ੍ਹਾ ਅੱਗਾਂ ਥੀ ਆਓ ਕੋ ਮਜਲਿਸ ਦਾ ਮਾਹੌਲ ਬਣਾਓ ਸ਼ੀਆ ਮਿਆਣੀ ਦਾ ਇੰਜ ਮਾਵਣਾ ਚੰਗਾ ਲੱਗਿਆ ਤਾਂ ਤੁਹਾਨੂੰ ਤਕਲੀਫ ਨਾ ਦਿਓ ਤੁਸੀਂ ਇਹ ਕਥੀ ਹੋ ਮੈਨੂੰ ਸੁਣਾ ਸ਼ਾਬਾਸ਼ ਬਸ ਇਤਨਾ ਤਾਂ ਮੈਂ ਜਿਹੜੇ ਪਿੱਛੇ ਬੈਠੇ ਹੋ ਅੱਗਾਂ ਆਵਣਾ ਪੋਸੀ ਤੋਂ ਆਕੂ ਭਾਵੇਂ 5 ਮਿੰਟ ਦੇ ਬਾਅਦ ਵੱਧ ਛੱਡਾਂ ਤੋ ਬਿਹਤਰ ਨਹੀਂ ਜੋ ਪਹਿਲੇ ਲੱਗਿਆ ਹੋਈ ਕਿ ਮਜਮਾ ਹੁਸੈਨ ਦਾ ਜ਼ਿਕਰ ਜ਼ਰਾ ਸੋਹਣੇ ਅੰਦਾਜ਼ ਨਾਲ ਥੀ ਤਵੱਜੋ ਹੈ ਜਨਾਬ ਅੱਲਾ ਸਲਾਮਤ 70 ਸਾਲ ਜੋ ਜ਼ਿੰਦਗੀ ਦਿੱਤੀ ਮੱਲਾ ਦੇ ਇਵੇਂ ਭੇਜ ਦਿੱਤਾ ਕੋਈ ਕੰਮ ਕੋਈ ਨਾ ਕੋਈ ਗਰਜ਼ ਖਿਲਕਤ ਕੋਈ ਨਾ ਜੋ ਮਰਜ਼ੀ ਆਖੀ ਕਰ ਕੋਈ ਪੁੱਛ ਪਾਛ ਕੋਈ 70 ਸਾਲ ਜ਼ਿੰਦਗੀ ਦਿੱਤੀ ਮੀ ਹਿਸਾਬ ਘਿਨਸਾ ਮੈਂ ਕਿਸ ਵਾਸਤੇ ਭੇਜਿਆ ਤੂੰ ਕੀ ਕਰਿੰਦਾ ਰਹੀ ਅੱਲਾ ਦੇ ਮੈਂ ਕਮੀ ਤਾਂ ਕਿਸੇ ਸ਼ਾਇਦ ਦੀ ਰੱਖੀ ਕੋਈ ਨਹੀਂ ਤੈਂ ਕਾਸ਼ ਮੰਗੀ ਹੋਵੇ ਤੇ ਮੈਂ ਨਾ ਕੀਤੀ ਹੋਵੇ ਨਾ ਅਲਬੱਤਾ ਮੈਂ ਉਹ ਸ਼ੈ ਨਹੀਂ ਦਿੱਤੀ ਜਿਹਦੇ ਤੇਰੇ ਨੁਕਸਾਨ ਆ ਭਾਵੇਂ ਤੈਂ 1000 ਦਫ਼ਾ ਜੋ ਮੰਗੀ ਹੈ ਮੈਂ ਨਹੀਂ ਦਿੱਤੀ ਤੂੰ ਤਾਂ ਨਹੀਂ ਜਾਣ ਮਾਲਿਕ ਕਹਿੰਦੇ ਮੇਰੀ ਜ਼ਾਤ ਜਾਣਦੀ ਹੈ ਫਾਇਦਾ ਕਿਸੇ 'ਚ ਨੁਕਸਾਨ ਕਿਸੇ 'ਚ ਬਾਕੀ ਮੈਂ ਤੇਰੀ ਅਜ਼ਮਾਇਸ਼ ਰੱਖੀ ਹੈ ਤਕਲੀਫ ਦਿੱਤੀ ਮੈਂ ਤੇ ਕੋ ਬਿਮਾਰ ਕੀਤਾ ਗੁਰਬਤ 'ਚ ਅਜ਼ਮਾਇਮ ਅਮਾਰਤ 'ਚ ਅਜ਼ਮਾਇਮ ਔਲਾਦ ਨਿਮੀ ਦਿੱਤੀ ਤਾਂ ਅਜ਼ਮਾਇਮ ਦੇਖਣਾ ਚਾਹੁੰਦਾ ਮੈਂ ਜੋ 1000 ਰੁਪਏ ਦਿੱਤੇ ਨੇ ਕਿੱਡੇ ਕਿੱਡੇ ਕੀਤੇ ਕਾਰੂਨ ਫਿਰਾਉਣ ਸ਼ਦਾਦ ਦੁਗੀ ਹੈ ਜਾਂ ਮੇਰੇ ਰਾਹ 'ਤੇ ਲੈਸ ਗੁਰਬਤ ਦੇ ਕੇ ਮਾਲਿਕ ਆਦੇ ਅਜ਼ਮੈਂਦਾ ਪਿਆ ਸ਼ਿਕਾਇਤ ਕਰੇਂਦਾ ਜਾਂ ਸਰ ਝੁਕਾ ਕੇ ਸ਼ੁਕਰ ਅਦਾ ਕਰੇ ਥੋੜ੍ਹਾ ਇਹਦਾ ਆਵਾਜ਼ ਉੱਚਾ ਕਰ ਦਿਓ ਅਗਰ ਕੋਈ ਬੈਠੇ ਤਾਂ ਮਾਲਿਕ ਆਦੇ ਮੈਂ ਦੇਖਣਾ ਚਾਹੁੰਦਾ ਸ਼ਿਕਾਇਤ ਕਰੇਂਦਾ ਜਾਂ ਸਰ ਝੁਕੇ ਹਿਸਾਬ ਲੱਖ ਦਿੱਤਮ ਤਾਂ ਲੱਖ ਦਾ ਗਿਣਸਾਂ ਕਰੋੜ ਦਿੱਤਮ ਤਾਂ ਕਰੋੜ ਦਾ ਹਿਸਾਬ ਨੀ ਨਿਭ ਵੈਂਦੇ ਨੇ ਬੰਦੇ ਦੇ ਔਖੇ ਸੌਖੇ ਤੁਸੀਂ ਐਸੇ ਬੰਦੇ ਡਿੱਠੇ ਉਸ ਡਾਹ ਖਾਣਾ ਨਾਲ ਜੋ ਖਿਜ਼ਰ ਸ਼ਾਹ ਜੀ ਰੋਟੀ ਖਾਧੀ ਸੀ ਰਾਤ ਗੁਜ਼ਰ ਗਈ ਚਟਣੀ ਨਾਲ ਖਾਧੀ ਸੀ ਨਿਭ ਆਉਂਦੀ ਗਈ ਇਹ ਤਾਂ ਨਹੀਂ ਜੋ ਉਹਦੀ ਨਹੀਂ ਨਿਭਦੀ ਤੇ ਉਹਦੀ ਨਿਭ ਗਈ ਨਹੀਂ ਮਾਲਿਕ ਖਾਧੇ ਵੀ ਮੈਂ ਅਜ਼ਮਾਏ ਗੁਰਬਤ 'ਚ ਅਜ਼ਮਾਇਮ ਅਮਾਰਤ 'ਚ ਅਜ਼ਮਾਇਮ
تکلیف دیتی می، بیماری دیتی می، بس صحت چ دیتی می، تا ازمائم تکلیف ہی اللہ دے میں ازمائش رکھی. مالک دے جتنا تو میرا شکر ادا کرے سے میری اتنی نعمت تیرے واسطے زیادہ ہو سی. مثلا غربت دیتی شاہ جی ذہن چ زندگی ہوگی یہ ہونا چاہیے بھی اگر میری غربت تے تو راضی ہے میں راضی، اگر دولت دیتی ہے میری امارت تے تو خوش ہے مالک میں خوش. اسا پتر منگے اللہ نے بیٹی عطا کیتی ہے، اسا نعمت منگی ہے اون رحمت دیتی ہے میرا اللہ، اگر رحمت تے تو خوش ہے میں خوش. تواری آواز نہیں ہے، سر نہ ہلاؤ زبان ہلاؤ. تے پتر منگا ہے اس بیٹی عطا کیتی ہے تو راضی ہے میں راضی ہوں، دکھ دتس میرا اللہ اگر میری تکلیف اچ تو راضی ہے میں راضی. اس نو آدن شکر. جوں جوں تیرا شکر ودھدا سی میرے اللہ دیاں مہربانیاں زیادہ تھی سی. امیر المومنین فرمیندن مومنہ دیاں چاند نشانیاں جنا میں کو دلو منہ ہے او کیوے حسین انہ دی علی نشانیاں دسی. ابو طالب دا بچڑا پیا فرمیند ہے جیڑا میدا مومن تے غلام تے شیعہ ہو سی کم از کم 17 رکعت نماز پڑھ کے سم سی. ہن تو کو سیر ہلاونا چاہیے، دیر نہ کیتی کرو سکنٹی سیر ہلایا کو. مولا پہ فرمیندن کم از کم 17 رکعت نماز پڑھ کے سم. مولا پہ فرمیندن میرے منن والا موت کو یاد کر کے سم سی، میرے منن والا با وضو سم سی، میرے منن والا ڈلہا ڈبھار سجوں کھبوں پوچھ کے روٹی کھاسی. یہ سمجھ نہیں آئی تھی میں جو چہرے پڑھ کے دن میں نہیں سمجھ. میرے تو یہ کام میں 24 بندہ کو سمجھا ونا بھائی لمو ابوں ڈلہا ڈبھار گوانڈیاں کھولوں پوچھ کے آپ روٹی کھاسی، یہ نہیں جو آپ 11 کھانے نال کھا کے سکون پیا کریں دے. اے بکھین تے اے بکھین مومن کیسا ایک دفعہ امیر المومنین علیہ السلام فرمایا ہو سکتا ہے کہتا ونجے ایک جنا اٹھی کھڑو تو پٹن لگے ہائے 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 مر گئی اس 6 دے تو ساری کنک پئی ہے میرے گھر میں تو تباہ تھی کیوں. علی مولا فرمایا کمبر ہو رہا ایک نال لاچا تے ایک تھوڑی اتنا اٹے میرے غلام کو دیا. نہیں سمجھ شاہ جی پوری تھی میرا شہنشاہ پہ فرمیندے نے مختصر جی اٹے اے میرے غلام کو دیا ونجو نال تو ہوں کہ میں ونجا. علی فرمیندے تیرے واسطے تے بھیجیں تو بھی کوفہ دیاں گلیاں مڑے بوا کھڑکایا 2 دے بعد مومن بہر آ گیا سلام میرا بھی سلام. علی مولا بھیجائی خیر افیت ہی پوچھ دے پہن تے کجھے اٹھائی گھر رکھ چا وہاں کہ علی کس واسطے بھیجے فرمائے دن غریب جو ہیں مت ضرورت ہوئی وہاں کہ اتھائیں کھڑو واللہ آنا اندر گئے ہیں وہ جلدی نال بیر والے وہاں کہ مولا دا شکریہ ادا کریں میں آپ ہی آندہ پیاں تے علی کو آکھیں آج رات دے کل ہوں اے تا نہیں آکھا جو میں خدائی چھوڑ دے سا. ہاتھ بلند کر کے نعرہ حیداری. سمجھ آتی پی گزارش تھی اللہ تواڈی زندگی اللہ تواڈی او مالک کے آکھے کل میں خدائی چھوڑ دے سا جے رات ہی نہیں بنایا کل نہیں دس جے کل دتا ہے او دوپہر نہیں دس جے دوپہر نہیں دتا ہے او شام نہیں دس. او جو کریم ہے او جو رحیم ہے مولا پہ فرمیندے ہیں میرے منن والا سجوں کھبوں پوچھ کے روٹی کھاسی دیکھ بکھے تا نہیں علی یا لے سو. پھر مولا پہ فرمیندے ہیں اگر یتیم ہے
ਤੁਹਾਡੇ ਸਾਹਮਣੇ ਆ ਗਈ ਹੈ ਜਾਂ ਨਾਲ ਰਹਿੰਦਾ ਹੈ, ਇੱਡੂ ਰਹਿੰਦਾ ਹੈ, ਇੱਡੂ ਰਹਿੰਦਾ ਹੈ, ਆਪਣੀ ਔਲਾਦ ਕੋ ਉਹਦੇ ਸਾਹਮਣੇ ਅੱਛੀ ਚੀਜ਼ ਨਾ ਦਿਵਾਏ, ਉਸ ਬੱਚੇ ਦੇ ਸਾਹਮਣੇ ਕਿਉਂ ਮਤ ਉਹਦੇ ਜ਼ਿਹਨੇ ਚ ਆ ਵਜੇ, ਅੱਜ ਮੇਰੇ ਪਿਓ ਹੋਵੇ ਆ, ਮੈਂ ਹੀ ਅੱਛੀ ਚੀਜ਼ ਖਾਵਾਂ। ਜੁਮਲਾ ਸਾਹਮਣੇ ਆ ਗਈ ਹੈ ਸ਼ਾਹ ਸਾਹਿਬ ਜੁਮਲਾ ਲੁਤਫਾ ਸੀ ਜੇਕੋ ਅੱਲਾਹ ਨੇ ਜ਼ਬਾਨ ਦਿੱਤੀ ਹੈ, ਜੈ ਹੁਣ ਸਿਰ ਹਿਲਾਇਆ ਮਸਜਿਦ ਵਿੱਚ, ਇਹ ਵਤ ਮੈਂ ਉਹਦੀ ਸਿਹਤ ਵਾਸਤੇ ਦੁਆ ਮੈਂ ਕੋ ਮੰਗਣੀ ਪਾਉਂਦੀ। ਜੋ ਜ਼ਬਾਨ ਹੋਵੇ ਇਸ 'ਤੇ ਵੱਧ ਸਿਰ ਹਿਲਾਵੇ ਤਾਂ ਕਿਉਂ ਦੁਆ ਨਾ ਮੰਗਾਓ ਮੋਮਿਨ ਸ਼ੀਆ ਸੈਯਦ ਉਮਤੀ ਵਾਸਤੇ। ਅਲੀ ਮੌਲਾ ਦੀ ਆਦਤ ਆਈ ਯਤੀਮਾਂ ਕੋ ਬਤੂਲ ਦਾ ਹਾਕਿਮ ਇਕੱਠਾ ਕਰਿਆ, ਆਪਣੇ ਹੱਥ ਨਾਲ ਅਲੀ ਮਾਖੀ ਯਾਨੀ ਸ਼ਾਹਿਦ ਖਵਾਵਿਆ, ਅਤੇ ਜਿਹਨਾਂ ਬੱਚਿਆਂ ਦੇ ਪਿਓ ਮਾਂ ਜ਼ਿੰਦਾ ਹੋਵੇ ਨਾ ਉਹ ਹੀ ਆਖੇ ਨਾ ਮੈਂ ਯਤੀਮ ਹੋਵਾਂ, ਅਲੀ ਮੈਂ ਕੋਈ ਆਪਣੇ ਹੱਥ ਨਾਲ ਖਾਵਾਂ। ਸਮਝ ਆਉਂਦੀ ਪਈ ਗੱਲ ਦੀ? ਜਾਨੀ ਤਵੱਜੋ ਹੈ ਜਨਾਬ, ਯਾਨੀ ਕਿ ਮੈਂ ਯਤੀਮ ਹੋਵਾਂ, ਅਲੀ ਮੌਲਾ ਮੈਂ ਕੋ ਆਪਣੇ ਹੱਥ ਨਾਲ ਖਵਾ। ਯਾਨੀ ਕਿ ਅਲੀ ਮੌਲਾ ਦੀ ਆਦਤ ਆਈ, ਪਹਿਲੇ ਪੁੱਛਦੇ ਹਨ ਕੋਈ ਭੁੱਖਾ ਤਾਂ ਨਹੀਂ ਸੁੱਤਾ ਮੇਰੇ ਸ਼ਹਿਰ ਵਿੱਚ, ਸਾਡੀ ਆਦਤ ਹੈ ਜ਼ਰਾ ਵੱਖਰੇ ਥੀ ਪਾਉਂਦੇ ਹਾਂ ਵੀ ਕੋਈ ਦੇਖੇ ਨਹੀਂ, ਮਤਲਬ ਦੇਖੇ ਅਤੇ ਨਾ ਰਲ ਵਜੇ ਅੱਗੇ ਭੁੱਲ ਕੇ ਸਾਤੇ ਨੂੰ। ਸਾਤ ਭੁੱਲ ਕੇ ਤਾਂ ਅੱਗੇ ਵਿੱਚੂ ਹੈ, ਤੁਸੀਂ ਪਿੱਛਾ ਬੈਠੇ ਹੋਏ ਗਾਂ ਤੁਹਾਡੇ ਨਾਲ, ਯਾਨੀ ਕਿ ਅੱਗੇ ਭੁੱਲ ਕੇ ਤਾਂ ਛੀ ਸੱਤ ਤਿੰਨ, ਛੀ ਸੱਤ ਰੋਟੀਆਂ ਤਾਂ ਸਾਰੀਆਂ ਮੈਂ ਰਜਸਾਂ ਜਾਂ ਮਿਸਾਲ ਤੌਰ 'ਤੇ ਨਾਲ ਵਾਲੇ ਗੁਜ਼ਰਾ ਕੰਢ ਕਰ ਬੈਠਾ ਤ੍ਰੇਛਵਾਂ, ਵੀ ਚਲੋ ਅਸਾਂ ਤਾਂ ਰੱਜ ਕੇ ਖਾਊਂ। ਅਜੇ ਤਾਂ ਜਿੰਨਾ ਦਿੱਤਾ ਰਿਜ਼ਕ ਉਹਨਾਂ ਕੋ ਯਾਦ ਹੀ ਕਰਾਂ ਕੋਈ ਨਹੀਂ, ਮਾਂ ਟੁਰ ਗਈ ਹੈ, ਪਿਓ ਟੁਰ ਗਈ ਹੈ, ਚਾਚਾ ਹੈ, ਮਾਮਾ ਹੈ, ਦਾਦਾ ਹੈ, ਨਾਨਾ ਹੈ, ਜ਼ਮੀਨ ਉਹਨਾਂ ਦੀ ਆਈ, ਮਕਾਨ ਉਹਨਾਂ ਦਾ, ਰਿਜ਼ਕ ਉਹਨਾਂ ਦਾ, ਤੂੰ ਅਤੇ ਮੈਂ ਵਾਰਿਸ ਬਣੇ ਬੈਠੇ, ਨਾ ਪਿਓ ਯਾਦ ਹੈ ਨਾ ਮਾਂ ਯਾਦ ਹੈ। ਛੀ ਰੋਟੀਆਂ ਜੋ ਆਈਆਂ ਪਈਆਂ ਨੂੰ ਯਾਦ ਸ਼ਾਦ ਕੋਈ ਨਹੀਂ ਕੀਤਾ ਵੀ ਮੇਰੇ ਜੋ ਪਿਓ ਦਾ ਹਿੱਸਾ ਮੇਰੇ ਕੋ ਮਿਲੇ, ਇਹ ਮਕਾਨ ਮਿਲੇ, ਇਹ ਪਲਾਟ ਮਿਲਣ, ਇਹ ਬੈਂਕ ਬੈਲੈਂਸ ਆ, ਮੇਰੀ ਤਾਂ ਮੇਰੇ ਕੋਲ ਤਾਂ ਚਾਰਾ ਨਹੀਂ ਕੋਈ, ਇਹ ਤਾਂ ਵਿਰਾਸਤ ਤੌਰ 'ਤੇ ਮੇਰੇ ਕੋਲ ਤਕਸੀਮ ਥੀ ਗਏ, ਵੀ ਚਲੋ ਰੋਟੀ ਜੋ ਖਾਂਦਾ ਬੈਠਾ ਪਿਓ ਮਾਂ ਰੋਟੀ ਤਾਂ ਨਹੀਂ ਮੰਗਦੇ, ਚਲੋ ਅਵਲ ਓ ਆਖਿਰ ਦਰੂਦ ਚੱਪਣਾ, ਇੱਕ ਦਫ਼ਾ ਅਲਹਮ ਚੱਪਣਾ, ਤ੍ਰੈ ਦਫ਼ਾ ਕੁਲ ਚੱਪਣਾ, ਇਸ ਕਲਾਮ ਓ ਤੁਆਮ ਦਾ ਸਵਾਬ ਮੇਰਾ ਅੱਲਾ ਮੈਂ 14 ਦੇ ਹਵਾਲੇ ਕੀਤੇ, ਜਿਹੜਾ ਉੱਥੋਂ ਸਵਾ ਮਿਲੇ ਖਸੂਸਨ ਮੇਰੀ ਅੰਮਾ ਅਤੇ ਮੇਰੇ ਬਾਬੇ ਦੇ ਰੂਹ ਕੋ ਪਹੁੰਚੇ। ਮੇਰਾ ਛੀਵਾਂ ਇਮਾਮ ਫਰਮੈਂਦੇ ਹੱਥ ਥੱਲੇ ਨਾ ਸਿਨ ਪਿਓ ਮਾਂ ਕਬਰ ਚੋ ਦੁਆ ਕਰੇ ਅੱਲਾ ਇੱਜ਼ਤ 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 ਮੌਲਾ ਨਮਾਜ਼ੀ ਬਣਾ ਮਿਹਰਬਾਨੀ ਅੱਲਾ ਇੱਜ਼ਤ ਮੌਲਾ ਪਰਦੇ ਸਲਾਮਤ। ਯਾਨੀ ਕਿ ਸ਼ਾਹ ਸਾਹਿਬ ਕਿਲਾ ਮਾਸੂਮ ਫਰਮੈਂਦੇ ਪਿਓ ਮਾਂ ਕਬਰ ਚ ਦੁਆ। ਅੱਛਾ ਵੱਤ ਇੱਕ ਸ਼ਾਇਦ ਆਉਂਦੇ ਨੁਕਸਾਨ, ਇੱਕ ਦਾ ਆਉਂਦੇ ਫਾਇਦਾ। ਭਾਜੀ ਸਮਝੇ ਹੁੰਦੇ ਨਾ ਬੰਦਾ ਸ਼ਾਦੀਆਂ 'ਚ ਵਹਿੰਦਾ ਨਾ, ਵੱਤ ਨੀਂਦ ਭਾਜੀ ਲਿਖਵੈਂਦੇ। ਮਿਸਾਲ ਤੌਰ 'ਤੇ ਨੋਤਕ ਮੇਰੀ ਸ਼ਾਦੀ 'ਤੇ ਗਈ ਹੈ, ਮੇਰੇ ਅਜ਼ੀਜ਼ਾਂ ਦੀ ਸ਼ਾਦੀ 'ਤੇ ਗਈ ਹੈ, 1000 ਰੁਪਇਆ ਸ਼ੀਆ ਮਿਆਣੀ ਦਾ ਬੰਦਾ ਲਿਖਾ ਹੈ, ਜਿਹੜਾ ਮੈਂ ਕੁਛ ਛੱਡੇ ਸੀ ਮੈਂ 1500 ਲਿਖਿਆ ਸੀ। ਇਹ ਤਾਂ ਹੁੰਦੀ ਹੈ ਭਾਜੀ। ਅੱਜ ਪਿਓ ਮਾਂ ਵਾਸਤੇ ਮਿਸਾਲ ਤੌਰ 'ਤੇ ਮੈਂ ਫਾਤਿਹਾ ਪੜਸਾਂ, ਪਰਸੋਂ ਮੇਰਾ ਸੈਮ ਮੇਰੇ ਵਾਸਤੇ ਪੜਸਾਂ, ਅੱਜ ਮੈਂ ਅੰਮਾ ਅਤੇ ਬਾਬੇ ਦੀ ਕਬਰ 'ਤੇ ਵੈਸਾਂ, ਪਰਸੋਂ ਮੇਰਾ ਪੁੱਤਰ ਮੇਰੀ ਕਬਰ 'ਤੇ ਆ ਸੀ, ਜਦੋਂ ਮੈਂ ਨਾ ਵੈਸਾਂ ਉਹ ਹੀ ਨਾ ਸੀ। ਇਹ ਤਾਂ ਭਾਜੀ ਹੈ, ਜਿਵੇਂ ਲਿਖੇ ਸੋ ਉਵੇਂ ਵਸੂਲ ਕਰੇ ਸੋ। ਅੰਮਾ ਅਤੇ ਬਾਬੇ ਦਾ ਮਕਾਮ ਬੜਾ, ਇੱਜ਼ਤ ਬੜੀ, ਸ਼ਾਨ ਬੜੀ, ਮਕਾਮ ਬੜਾ। ਅਗਰ ਮੈਂ ਕੋ 30 ਮਜਲ ਸੀ ਇਮਾਮ ਹੁਸੈਨ ਗਵਾਹ ਹੈ, ਲਫਜ਼ੇ ਮਾਂ 'ਤੇ ਜੋ ਪੜ੍ਹਨੀਆਂ ਪਵੇ ਡੀ ਥੋੜ੍ਹੇ ਨੂੰ, ਅਮੀਰ ਮੋਮਿਨੀਨ ਫਰਮੈਂਦੇ ਮੈਂ ਉਸ ਬੰਦੇ ਕੋ ਮੱਥੇ ਕੋ ਨਾ ਲੈ ਸਾਂ ਜਿਹੜਾ ਅੰਮਾ ਅਤੇ ਪਿਓ ਦਾ ਨਾ ਫਰਮਾਨ ਹੈ।
ਜਿਹੜੀ ਗੱਲ ਚੰਗੀ ਹੋਵੇ ਨਾ ਉੱਥੇ ਦੋ ਦਫ਼ਾ ਸਿਰ ਹਿਲਾਇਆ ਕਰੋ ਜੋ ਮੈਂ ਕੋਈ ਦਾਣੇ ਪੱਤਾ ਲੱਗੇ ਚੁਣ ਕੇ ਨਾ ਵੇਚੂ। ਤਵੱਜੋ ਹੈ ਜਨਾਬ, ਯਾਨੀ ਕਿ ਪਿਓ ਅਤੇ ਮਾਂ ਦੇ ਨਾ ਫਰਮਾਨ ਕੋ ਮੇਰਾ ਮੁਰਸ਼ਿਦ ਪਿਆ ਫਰਮੈਂਦਾ ਮੈਂ ਮੱਥੇ ਕੋਨ ਜੈ ਜਾਇਆ ਉਹਦਾ ਨਹੀਂ, ਜੈ ਧੁੱਪ ਤੇ ਤਗਾਰੀ ਚਾਹ ਕੇ ਪਾਲੇ ਉਹਦਾ ਹੀ ਨਹੀਂ ਬਣਾ, ਮੈਂ ਅਲੀ ਦਾ ਕਿਸੇ ਸਾਫ ਨਾ। ਮੌਲਾ ਪੈ ਫਰਮੈਂਦੇ ਰੋਜ਼ ਵੰਜ ਮਾਂ ਤੇ ਪਿਓ ਦੀ ਕਬਰ ਤੇ ਰੋਜ਼ ਇਸ ਸਾਲ ਸਵਾਬ ਦੀ ਮਜਲਿਸ ਹੈ ਨਾ ਸਾਈਂ, ਉਹਦੇ ਵਾਸਤੇ ਮੈਂ ਆਪਣੇ ਉੱਤੇ ਵਾਜਿਬ ਸਮਝਾਉਂਦੇ ਹਾਂ ਗੱਲਾਂ ਪਿਆ ਕਰ। ਇਹ ਕੋਈ ਵਾਹ ਵਾਹ ਵਾਲੀ ਤਕਰੀਰ ਨਹੀਂ, ਇਹ ਤੁਹਾਡੀ ਵੱਡੀ ਮਿਹਰਬਾਨੀ ਹੈ ਜਿਹੜੇ ਇੰਜ ਇੰਜ ਬੈਠੇ ਕਰਿਆ ਜਿਹੜਾ ਉਹ ਚੰਗਾ ਆਉਂਦਾ ਹੈ ਜਿਹੜਾ ਫਸ ਵੰਜੇ ਅਤੇ ਨਿਭਾ ਵੰਜੇ ਉਹਦੀ ਕਿਆ ਬਾਤ ਹੈ। ਹੁਣ ਜਿਹੜੇ ਫਸ ਗਏ ਉਹ ਜਣੇ ਬਣੋ ਨਿਭਾਓ, ਜਣਾ ਤਾਂ ਬਣ ਵੈਂਦੀ। ਮੇਰਾ ਮੌਲਾ ਪਿਆ ਫਰਮੈਂਦੇ ਰੋਜ਼ ਵੰਜ ਮਾਂ ਟੁਰ ਗਈ ਉਹਦੀ ਕਬਰ ਤੇ ਵੰਜ ਖੁਸ਼ ਤੀ ਸੀ, ਬਾਬਾ ਟੁਰ ਗਈ ਹੈ ਰੋਜ਼ ਵੰਜ ਖੁਸ਼ ਤੀ ਸੀ। ਅਲੀ ਮੌਲਾ ਡੂ ਮਾਸੂਮ ਇਮਾਮ ਸ਼ਾਹ ਜੀ ਬੜਾ ਪਿਆਰਾ ਜਿਹਾ ਲਫ਼ਜ਼ ਆਖਿਆ, ਮੇਰਾ ਮੁਰਸ਼ਿਦ ਅਲੀ ਅਤੇ ਮੇਰਾ ਛੀਵਾਂ ਇਮਾਮ ਸਾਦਿਕ ਪੈ ਫਰਮੈਂਦੇ ਹਨ ਅੱਲਾਹ ਪਿਓ ਦੀ ਕਬਰ ਤੇ ਰੋਜ਼ ਵੈਸੇ ਖੁਸ਼ ਤੀ ਸੀ, ਅੰਮਾ ਕੋ ਦੀ ਕਬਰ ਤੇ ਵੈਸੇ ਰੋਜ਼ ਵੈਸੇ ਖੁਸ਼ ਤੀ ਸੀ। ਵੱਤ ਮੇਰਾ ਸ਼ਹਿਨ ਸ਼ਾਹ ਪਿਆ ਫਰਮੈਂਦੇ ਤੇਰਾ ਘਰ ਹੀ ਤਾਂ ਉਥਾ ਹੀ ਹੈ, ਆਪਣਾ ਘਰ ਹੀ ਡਿੱਠਾ ਹੀ ਆ, ਮਾਂ ਕੋ ਮਿਲਾ। ਹਾਏ ਹਾਏ ਹਾਏ, ਪਿਛਲਾ ਨੂੰ ਸਮਝ ਆ ਰਹੀ ਅਰਜ਼ ਦੀ ਜਾਂ ਨਹੀਂ ਯਾਰ, ਯਾਨੀ ਕਿ ਮਾਂ ਕੋ ਜੋ ਮਿਲਸੇ ਦੁਆ ਕਰੇ ਸੀ, ਪਿਓ ਦੀ ਕਬਰ ਤੇ ਵੈਸੇ ਸ਼ਾਹ ਜੀ ਖੁਸ਼ ਤੀ ਸੀ, ਤੇਰਾ ਘਰ ਹੀ ਤਾਂ ਉਥਾ ਹੀ ਹੈ, ਆਪਣਾ ਘਰ ਹੀ ਡਿੱਠੀ ਆ, ਪਿਓ ਮਾਂ ਕੋ ਮਿਲਾ, ਦਾਦੇ ਕੋ ਮਿਲਾ, ਨਾਨੇ ਕੋ ਮਿਲਾ, ਜਿਹੜੇ ਜਿਹੜੇ ਕਰੀਬੀ ਰਿਸ਼ਤੇਦਾਰ ਟੁਰ ਗਏ ਨੇ ਉਹਨਾਂ ਦਾ ਸਲਾਮੀ ਕੀਤੀ ਆ, ਆਪਣਾ ਘਰ ਹੀ ਡਿੱਠੀ ਆ, ਇੱਡੂ ਸਮਸੇ ਜਾਂ ਇੱਡੂ ਸਮਸੇ। ਲੇਕਿਨ ਇਹ ਗੱਲ ਯਾਦ ਰੱਖੇ ਜੈ ਅਮੀਰ ਅਲ ਮੋਮਿਨੀਨ ਅਲੈਹ ਸਲਾਮ ਕੋ ਦਿਲੋਂ ਤਸਲੀਮ ਕੀਤਾ ਹੈ ਉਹ ਮਰਦਾ ਨਹੀਂ ਹੁੰਦਾ, ਇੰਤਕਾਲ ਹੁੰਦਾ। ਜ਼ਬਾਨ ਹਲਾਈ ਕਰੋ, ਜ਼ਬਾਨ ਜ਼ਬਾਨ ਜਿਹੜੇ ਅੱਗੇ ਬਾਂਧੇ ਉਹ ਜ਼ਿਕਰ ਦੀ ਜ਼ੀਨਤ ਬਣ ਕੇ ਬੈਠੇ। ਸ਼ੀਆ ਮਿਆਣੀ ਵਾਲਿਓ ਜੈ ਅਲੀ ਮੌਲਾ ਕੋ ਦਿਲੋਂ ਤਸਲੀਮ ਕੀਤਾ ਮਰਦਾ ਨਹੀਂ ਇੰਤਕਾਲ। ਇਹ ਇਮਤਿਹਾਨ ਗਿਣਦੇ ਵੇ ਨਾ ਸੋਜ਼ੀ ਜ਼ਾਕਰਾਂ ਦਾ, ਸੱਤ ਤਾਲੇ ਬਿਲ ਮੈਂ ਸਿੱਖਦੇ ਵਧੇ ਸਾਡੇ ਕਿਹੜੇ ਇਮਤਿਹਾਨ, ਹੁਣ ਮੈਂ ਵਾ ਤੁਹਾਡਾ ਇਮਤਿਹਾਨ ਪਿਆ ਗਿਣਨਾ। ਇਹ ਨਹੀਂ ਕਿਤਨੇ ਕਰੇਂਦੇ ਸੁਭਾਨ ਅੱਲਾ, ਅਗਰ ਮੌਲਾ ਕੋ ਮੰਨਣ ਵਾਲਾ ਮਰ ਵੰਜੇ ਹਾਂ ਪੇਸ਼ ਨਮਾਜ਼ ਤਲਕੀਨ ਨਾ ਪੜਿਆ। ਇਹ ਕੈਂਚੀ ਬਣਾ ਕੇ ਜਿਹਦੇ ਮੋਢੇ ਬਾਜ਼ੂ ਹਲਾ ਹਲਾ ਕੇ ਆਦੇ ਉਹ ਫੁਲਾਂ ਪੁੱਤਰ ਫੁਲਾਂ ਦਾ ਸੁਣ ਤੇ ਸਮਝ, ਮੈਂ ਕੋਈ ਪਰੇ ਨਾਲ ਚ ਸਮਝਾਓ ਇੱਜ਼ਤ ਵਾਲੇ ਬੈਠੇ ਹੋ, ਇਹ ਜਿਹੜਾ ਸੁਣਦਾ ਹੀ ਪੀ ਹੈ ਤੇ ਸਮਝਦਾ ਪੀ ਹੈ, ਵਤ ਮੈਂ ਕੋ ਸਮਝਾ ਮੋਇਆ ਕਿਵੇਂ ਪੀ ਹੈ। ਇਹਦਾ ਬੜਾ ਨਾਰਾ ਮਾਰ ਜੰਨਤ ਵਾਜਿਬ ਹੋ ਜਾਏ, ਨਾਰਾ ਹੈਦਰੀ। ਸਮਝ ਆ ਰਹੀ ਗੁਜ਼ਾਰਿਸ਼ ਤੀਆਂ ਨੇ, ਮੋਮਿਨ ਨਹੀਂ ਮਰਦਾ, ਮਰਦਾ ਹੋਏ ਜਿਹਦੇ ਸਾਈਂ ਮੋਏ ਹੋਏ ਹੋ, ਜਿਹਦੇ 14 ਵਾਰਿਸ ਹੋਏ। ਕਿਉਂ ਇੰਤਕਾਲ ਉਸ, ਮਾਸ਼ਾਅੱਲਾ ਪੜ੍ਹੇ ਲਿਖੇ ਆ ਬਾਬ ਬੈਠੇ ਨੇ, ਆਜ਼ਾਦਾਰੀ ਦਾ ਔਰ ਇਲਮ ਦਾ ਹਯਾਤੀ ਹੋਈ ਹੈ ਸ਼ਹਿਰ ਲਖਨਊ ਹੈ। ਇਸ ਜੁਮਲੇ ਕੋ ਇੰਝ ਕਿਉਂ ਨਾ ਆਖਾਂ ਜੋ ਮਤਾ ਜ਼ਬਾਨ ਅੱਲਾ ਤਾਲਾ ਖੁੱਲ ਜਾਏ। ਮੇਰਾ ਮਾਸੂਮ ਪਿਆ ਫਰਮੈਂਦਾ ਜਿਹੜੇ ਕਬਰਿਸਤਾਨ ਮੰਨੀ ਸਲਾਮ ਵਲਾਮ, ਉਹ ਇਹਨਾਂ ਘਰਾਂ 'ਚ ਸੰਮਣ ਵਾਲੇ
میرا سلام. فقہ جعفریہ دے مطابق سلام دا کرنا سنت ہے، جواب دیونا واجب ہے. اگر قبر چ سلام دا جواب نہ آویا امام کیوں آکھیا سلام؟ سمجھ آندی پی گزارش تھی تھوڑے نال بچن دی زندگی؟ امام کیوں آکھ؟ میرا معصوم پیا فرمائے دے قبرستان ونج کے سلام کرے و سلام سن دین و جواب دین دین. میرا مولا پیا فرمائے دے تواری اتنی طاقت نہیں وسط نہیں جو انہاں دے جواب کو سن سکو اور سمجھ سکو. اسا تے بختاں لے ہیں جو ساڈا علی امام ہے، اسا تے عزت والے ہیں مومن جو ساڈا سردار علی. موت تو گھبراونا نہیں چاہے یار، موت تو گھبراونا نہیں. اچھا بندہ جو ڈرے بے میں نام مردا وت فرشتہ سکے کے آنکھ سے چھوڑ دے. یہ تے کوئی ٹینشن والی گل تے ہے کوئی، تواڈے ساڈے بزرگ ہن کوئی ہن چلو. اچھا اساں ہیں اسے لگے ویسے. اچھا جنہ پچھو آونا ہے میں انہوں نے قرآن نے نہ ہوئی لگے ویسے. پڑھو سلوات بلند ہو. جی یہ دعائیں دی ہے اللہ سید مومن علی شاہ زوجہ سید مومن علی شاہ سید تراب علی شاہ زوجہ سید تراب علی شاہ زوجہ محمد حسین شاہ. اللہ اس خاندان دے انہاں دے مرحومین دے خدا درجات بلند. اللہ بطول دی عزت صدقہ پیر کریم حیدر شاہ کو مولا شفا دے. کوئی نہیں راونا سب چلے بجنے. تو ساسا ہیں ایک لسٹ بنی ہوئی ہے، ترتیب بنی ہوئی ویسو سارے. سیانہ بندہ وہ ہوندا ہے جڑا سامان نال چاہ کے ہوئے بھی کیشے کیشے کو ضرورت. میں تو آپ کو جٹاکلے طریقے نال سمجھاواں. جڑے انج بیٹھے کریں دن عادت سر نال ویندی، لیکن ٹرائی تو بندہ کر سکتے. پیر خیزر شو تو سا پوہ دے ویچ برال چلو جنوری دے ویچ کوئی بندہ مری ویندہ پیا ہوئے، تو کو ڈٹھا ہوئے سلیپر پاتی ودہ ہوئے تے ٹیرے ویرے دا سوٹ ابو برف باری کوٹ جرسی لکار مفرل اپنے جان تو کام پورا کیتی ویندے انہوں نے ہی وڈے ہوئے بچ بنجے تو وکری کر ہر شے پوری. شاہ سے بنا کے پیر خضر آکھے کریم حیدر میں آکھے زید میرے عزیز آکھے کڑے پی ویندے جی کوہ مری یہ سامان ہوا کہ وچڑے جی منی اگو برف ماری ہوں شیعہ میانی ملتان چوں مری ونجن واسطے پتہ لگ دس کیشے کیشے گھن ونجنی تے این جہان تو قبر جو ونجن ہے کونے بھی پتہ ولایت علی کتنی چاہی دی ہے اور نماز روزہ کتنی. آپ اتھ پچھلا تے نہ سٹیں انہوں دی مہربانی جو پچھو کوئی کم کر چھوڑیں درود پڑھیں فاتحہ دیویں قبر تے آویں انہوں دی مہربانی. وہ بندہ آکھ تو نہیں سکتا میں جو تک ڈو کنال نہ گھر بنا دیتا جو میں رات آلی آویں میری قبر تے انجی کوئی نہیں. اجیں جڑے سر بیٹھے ہلیں دن اڈے یہ رواج ہی کونی بے بدھے تے میں کو مہربانی کرو ونجن دے ہوتے اگلی جمعرات میں واللہ سا او کھاتے کوئی نہیں. اگو کام ہے تا اوکھا اتھا نہ بندہ کہیں کو سد سکدے نہ لگ دے قبر اچ آنن
میرے کو قرآن چواؤ کہیں نہیں آنا، نہ ذاکر آنا، نہ مولوی آنا، نہ پیش نماز، نہ جنازہ پڑھن والا، نہ تلقین پڑھن والا، نہ جنازے پڑھن جڑے پڑھتے پے انہاں چوں کوئی نہ ہو سی، آ حد ہو گئی شیعہ میانی والے، نہ بیوی ہو سی، نہ ماں ہو سی، نہ پیو، نہ بھین، نہ بھرا، سر ہلے سر ہلے، نہ چاچا، نہ ماما، بلکہ ان کیوں نہ آکھاں، نہ نانکے گھر چوں کوئی ہو سی آ، تے نہ کوئی ڈاڈ کے گھر چوں ہو سی آ، کلا آپ ہو سین، چار کندھا ہو سین، منہ دے من مٹی دے تلے ہو سین، وط اتنی علی دی دشمنی کریں جتنی قبر چ برداشت کر سین. سمجھ آ رہی گزارش تھی؟ میں باوضو بیٹھا اللہ دے گھر بیٹھے قرآن گھننا، میں تکو نیا نیون وستے تیارا، علی تو بغیر کھاتا کوئی، جس کوٹھے دا نا اللہ نے جنت رکھے او محبت علی دا سل ہے. علامہ مجلسی علیہ الرحمہ نے اپنی کتاب عین الحیات وچ جملہ لکھا ہے کہ رسول اللہ مسجد وچ بیٹھے ہیں، جبریل علیہ السلام میرا بھی سلام، میں کو اللہ اج سپیشل بھیجے، میں کو اللہ نے اج، چلو ایک دفعہ سیر اللہ وط نال ہے، اللہ نے اج مینو، اچا بولو نا، اچا بولو، پچھلے ہی بولو، اللہ میں کو اج، ہوں میں شیعہ میانی آیا سپیشل تو نہ آیا، میں تو مجلس پڑھنا آیا، ٹھیک ہے، ہوں ایک دفعہ پھر کریم درشاد میں کو پتہ لگے بھی بیمار ہے، میں سپیشل آیا پوچھن، او آئی پوچھن سپیشل، ہوں تو میں آیا مجلس پڑھ، میں ایڈو ٹپتا پیا تو پھر خضر کو آکسان جی، میں مجلس تے ویندا پیا اسلام آباد، روح منگدا چاہ بنا تے میں آندا پیا تے کو ملدا، اے سپیشل ہے جبریل آدے اج اللہ میں کو سپیشل، اج اللہ نے سپیشل کام ہی ہوئے، اللہ پہ آدے نوح جتنی عمر ہوئے بندے دی 2500 سال، مقام ابراہیم تے 22، مثلا اے دیوار ہے نا مقام ابراہیم تے، اتھا اللہ دا گھر ہے، کعبہ ہے، یہ جڑے تو اساں مقام ابراہیم تے کعبے دے درمیان جڑا طواف کرے نے اساں شیعہ، یہ مقام ابراہیم ہے، یہ کعبہ، مالک پی آ دئی اتھاں بیٹھا ہوئے تے منہ کرے میرے گھر دو، مسلح بچھا کے باوے 2500 سال، مسلح تو اٹھے نہیں، نہ تسبیح چھوڑے نہ مسلح چھوڑے، مالک آدھے سجدے تو سجدہ، رکوع تو رکوع، قیام تو قیام، دعا تو دعا، میں کو اپنی عزت دی قسم ہے اگر ایسے عابد دے دل وچ رائی دے دانے جتنا بغض علی نظر آیا، سر دے بھار جہنم نہ سٹا اللہ میدان آلے. سمجھ آ رہی ہے گزارش تھی یا نہیں؟ قبر اوکھی ہے، حشر اللہ دی عدالت 14 دی بارگاہ پیش تھیونا ہے، مرحومین دے درجات دی بلندی واسطے دعا منگی کرو، جن واسطے مومنین واسطے تسا دعا منگسو، میرا اللہ اس بندے تے خصوصی رحم کرے سا، جڑا بنا واسطے دعا منگ، رزق ملتا پی، غربت چی ازما گدس، امارت چی ازمین دے، مسئلہ شکر ادا کرو ہر لمحے ہر لاس، اللہ دے میرا گھر آون میرا شکر ادا کرے سی، میں خوش تھی سا، اگر بہو مصروف ہیں میرے گھر نہیں آندا تو اپنے گھر مسلح چا وچھاویں، میں تیرے گھر لگا، جتنا تیرا شکر ودا سی شاباش، میں تے کو اتنی نعمت دے ساں تیرے تصور چ کو، پیو ماں ایک عظیم رشتہ،
ਅੱਛਾ ਜਿਹਦੇ ਵਿੱਚ ਪਿਓ ਮਾਂ ਦੇ ਵਿੱਚ ਵਾ, ਜਿਹੜੇ ਅੱਲਾ ਨੇ ਮਾਂ ਬਣਾਈ ਹੈ, ਸੁਭਾਨ ਅੱਲਾ, ਮਾਂ ਤਾਂ ਵੱਧ ਮਾਂ ਹੈ। ਜੇ ਨਾ ਇੰਝ ਕੀਤਾ ਤੁਹਾਡੀ ਜ਼ਬਾਨ ਕੋਨੀ ਜਾਂ ਸਮਝ ਨਹੀਂ ਲੱਗੀ, ਬੋਲੋ ਕੋਈ ਤਾਂ ਮੈਂ ਕੋਈ ਤਾਂ ਦੱਸੋ, ਮੈਂ ਜੋ ਤੁਹਾਡੇ ਸਾਹਮਣੇ ਤਕਰੀਰ ਬੈਠਾ, ਜਿਹਨੇ ਇੰਝ ਕੀਤਾ ਕਿਉਂ ਬਿਮਾਰ ਇਵੇਂ ਤਾਂ ਨਿਸ਼ਤਰ ਗਿਣਵੈਂਦਾ, ਇਲਾਜ ਮੈਂ ਕਰਵਾਇਆ। ਕਿਉਂਕਿ ਬਈ ਤਕਲੀਫ ਹੈ ਤਾਂ ਦੁਆ ਮੰਗਦੇ, ਖੁਦਾ ਦਾ ਨਾਮ ਹੈ ਹੁਣ ਮੇਰੇ ਸਾਹਮਣੇ ਸਿਰ ਨਾਲ ਹੈ ਬਈ, ਇਹ ਕੁਝ ਆਉਂਦੀ ਜਿਹੜੀ ਮੈਂ ਆਖੀ, ਗਰੀਬ ਹੈ ਨਹੀਂ ਇਲਾਜ ਕਰਾ ਸਕਦਾ, ਮੈਂ ਗਿਣਵੈਂਦਾ ਨਿਸ਼ਤਰ ਆਖੇ, ਫਾਤਮਾ ਆਖੇ, ਇੱਥਾਂ ਜਿੱਥਾਂ ਤੂੰ ਰਾਜ਼ੀ ਮੈਂ ਉਤਾਂ ਹੀ ਗਿਣਵੈਂਦਾ। ਜੋ ਕੋਈ ਤਕਲੀਫ ਹੈ ਤਾਂ ਅੱਲਾ ਦੇ ਘਰ ਬੈਠੇ ਹੈ, ਮਸ ਇਮਾਮ ਹੁਸੈਨ ਦਾ ਜ਼ਿਕਰ, ਦੁਆ 'ਚ ਮੰਗਦੇ, ਜੋ ਦੂਹੇ ਕੰਮਾਂ ਤੋਂ ਮਲਦੇ ਤਾਂ ਵੱਧ ਹੁਣ ਸਿਰ ਨਾ ਹਲਾਵੇ। ਤਵੱਜੋ ਹੈ ਮੇਰੇ ਇੱਜ਼ਤ ਵਾਲੇ ਸਾਮੀਨ ਸ਼ੀਆ ਸੁਣੀ ਭਾਈ, ਸੱਤਵਾਂ ਇਮਾਮ ਤਕਰੀਰ ਬੈਠਾ ਕਰੇਂਦੇ, ਬਾਬਾ ਰਜ਼ਾ ਦਾ ਇੱਕ ਬੰਦਾ ਉੱਠਿਆ, ਦੇਖਿਆ ਦੇ ਮੌਲਾ ਰਿਜ਼ਕੀ 'ਚ ਬਰਕਤ ਕੋਨੀ, ਮੌਲਾ ਫਰਮੈਂਦੇ ਮਾਂ ਕੁਆਖ ਦੁਆ ਕਰੇ, ਜ਼ਬਾਨ ਹਲਾ ਬੱਚਣਾ ਦੇ ਦੇਣ ਬਿਸਮਿਲ੍ਲਾ ਮੇਰ ਮੌਲ ਸਿਹਤ ਨੇ ਵੀ ਕਰੀ ਮੈਦਨ, ਇਮਾਮ ਹੁਸੈਨ ਦੀ ਆਖਰੀ ਨਮਾਜ਼ ਦਾ ਸਦਕ, ਮੌਲਾ ਮੇਰੇ ਰਿਜ਼ਕ 'ਚ ਬਰਕਤ ਕੋਈ ਨਹੀਂ, ਇਮਾਮ ਫਰਮੈਂਦਨ ਮਾਂ ਕੁਆਖ ਦੁਆ ਕੇ, ਉਹ ਬੈਠੇ ਵੀ ਉੱਠ ਉਹ ਅਗੇ ਸਹੀ ਇੱਡੂ ਕਮਾ ਕੇ ਇਹਨਾਂ ਦਾ ਜਿਹੜੇ ਲੱਗੇ ਹੋਏ, ਮੌਲਾ ਫਰਮੈਂਦਨ ਮਾਂ ਕੁਆਖ ਦੁਆ ਵੀ ਉੱਠੇ ਖੜੋ, ਉਹ ਅਗੇ 24 ਘੰਟੇ ਟੈਨਸ਼ਨ ਪਰੇਸ਼ਾਨੀਆਂ, ਮੌਲਾ ਫਰਮੈਂਦਨ ਮਾਂ ਕੁਆਖ ਦੁਆ ਕੇ। ਇਹ ਜੁਮਲਾ ਜਿਹੜੇ ਪਿੱਛੇ ਚੁੱਪ ਕਰਕੇ ਬੈਠੇ ਨੋਤ ਕੇ, ਉਹਨਾਂ ਵਾਸਤੇ ਆਖਣਾ ਚਾਹੁੰਦਾ, ਇੱਕ ਪੰਜਵਾਂ ਉੱਠੇ ਖੜੋ ਤੇ ਉਹ ਅਗੇ ਦੁੱਖ ਘਰ 'ਚੋਂ ਨਿਕਲਦੇ ਨੇ, ਮੌਲਾ ਫਰਮੈਂਦਨ ਮਾਂ ਕੁਆਖ ਦੁਆ, ਮੇਰ ਜਵਾਨੀ ਨਸੀ ਨੌਕਰ ਮੌਲਾ ਦਾ ਉੱਠੀ ਖੜੋ ਤੇ ਉਹ ਅਗੇ ਬੱਚਣਾ ਦੀ ਜ਼ਿੰਦਗੀ। ਉਹ ਵੀ ਪੰਜ ਬੰਦੇ ਉੱਠੇ, ਸਵਾਲ ਵੱਖਰੇ ਵੱਖਰੇ ਹਨ, ਜਵਾਬ ਇੱਕ, ਮਾਂ ਕੁਆਖ ਮਾਂ ਕੁਆਖ ਮਾਂ ਕੁਆਖ, ਮੌਲਾ ਜਵਾਬ ਇੱਕੋ ਦਿੱਤਾ ਵੇ, ਮੇਰਾ ਮੌਲਾ ਫਰਮੈਂਦੇ ਮੈਂ ਕੋ ਨਾਨੇ ਮੁਸਤਫਾ ਦੀ ਨਬੂਵਤ ਦੀ ਕਸਮ, ਮੈਂ ਕੋ ਡਾਡੇ ਅਲੀ ਦੀ ਇੱਜ਼ਤ ਦੀ ਕਸਮ, ਅੱਲਾ ਨੇ ਦੁਆ ਵਾਲਾ ਰਿਸ਼ਤਾ ਜਿਹੜਾ ਮਾਂ ਤੋਂ ਵੱਡਾ ਬਣਾਇਆ ਹੀ ਕੋਈ ਨਹੀਂ, ਮੈਂ ਕਹਿੰਦਾ ਨਾ ਚਾਹ, ਮੈਂ ਇਮਾਮ ਕਹਿੰਦਾ। ਅੱਛਾ ਔਲਾਦ ਪਿਓ ਜਿਹੜਾ ਹੁੰਦਾ ਨਾ, ਫਿਤਰਤਨ ਸ਼ਾਹ ਜੀ ਥੋੜ੍ਹੀ ਸਖਤ ਤਬੀਅਤ ਰੱਖਦੇ, ਫਿਤਰਤ ਮਾਂ ਜਿਹੜੀ ਉਹਦਾ ਗੋਸ਼ਾ ਨਰਮ ਆਉਂਦਾ ਹੈ ਔਲਾਦ 'ਚ, ਚੁੱਪ ਕਰ ਵਜੋ ਮੈਂ ਸੱਚ ਆਖ, ਉੱਠੀ ਕੇ ਆਖੋ ਹਾਜੀ ਸਾਹਿਬ ਤੇਰੀ ਕਿਆ ਬਾਤ ਹੈ, ਮੈਂ ਜੋ ਸੱਚ ਆਖ, ਮਾਂ ਦਾ ਗੋਸ਼ਾ ਜ਼ਰਾ ਨਰਮ ਆਉਂਦਾ ਹੈ ਔਲਾਦ ਵਾਸਤੇ, ਪਿਓ ਥੋੜ੍ਹੀ ਤਰ੍ਹਾਂ, ਇਹ ਨਹੀਂ ਜੋ ਕੋਈ ਜ਼ਾਲਿਮ ਆਉਂਦਾ ਹੈ, ਪਿਓ ਥੋੜ੍ਹੀ ਤਰ੍ਹਾਂ ਮਿਜ਼ਾਜਨ ਮਾਂ ਦੀ ਨਿਸਬਤ ਪਿਓ, ਜ਼ਿੰਦਗੀ ਹੋ ਗਈ ਸਖਤ। ਅੱਛਾ ਮਾਂ ਹੈ ਨਾ ਨਰਮ ਲਹਿਜਾ, ਕਾਵੜੀ ਸੀ, ਬਦਦੁਆ ਨਾ ਕਰੀ ਸੀ, ਲੜਸੀ ਭਿੜਸੀ ਨਾਰਾਜ਼ ਥੀ ਸੀ, ਹੋਏ ਉਰੇ ਆ ਕਿਹੜੇ ਪਿਓਵੇਂ, ਦੇਖੋ ਜੋ ਮੈਂ ਆਖਿਆ ਸਬਜ਼ੀ ਕਿੰਨਾ ਵਕ ਨਾ ਵਹਿੰਦਾ, ਚਾਹ ਦੇ ਬੈਟ ਮੈਂ ਕ੍ਰਿਕਟ 'ਤੇ ਵਹਿੰਦਾ, ਪੰਜ ਥੀ ਗਏ, ਇਹ ਕੰਮ ਕਰ ਅਤੇ ਇਹ ਕੰਮ, ਮਗ ਤੂੰ ਬਾਹਰ ਨਿਕਲ, ਲੱਤਾਂ ਨਾ ਬਣੀਆਂ ਤਾਂ ਬਾਲ ਜੋ ਭੱਜੇ ਅਤੇ ਡੱਠੇ ਉੱਠੀ ਖੜੋਤੀ ਹੋ, ਸਦਕੇ ਵੀ ਜਾਈ ਸੱਟ ਤਾਂ ਨਹੀਂ ਵੀ ਲੱਗੀ, ਇਹ ਮਾਂ ਬਲਕਿ ਇਸ ਜੁਮਲੇ ਕੋਈ ਇੰਝ ਕਿਉਂ ਨਾ ਆਖਾਂ, ਮਤਾ ਜ਼ਬਾਨ ਅੱਲਾ ਤਾਲਾ ਕੋਸ਼ਿਸ਼ ਏ ਖੁੱਲ ਵਜੇ, ਔਲਾਦ ਦੇ ਤਹਫੁਜ਼ ਦਾ ਨਾਂ ਹੈ ਮਾਂ, ਔਲਾਦ ਦੇ ਓਲੇ ਦਾ ਨਾਮ ਹੈ ਮਾਂ। ਦੁਆ ਬੈਠੀ ਕਰੇ ਸੀ, ਖੁਸ਼ ਸੀ, ਸਾਢੇ 8 ਵਜੇ ਪਿਓ ਉੱਠੀ ਕੇ ਬਾਹਰ ਜੋ ਨਿਕਲੇ, ਇਵੇਂ ਗੜੀ ਦਿੱਤੀ 8:35, ਪੁੱਤਰ ਕਿਚਨ 'ਚ ਮੂੰਹ ਪੁਜੇਂਦਾ ਲੈ, ਮਾਂ ਨਾਸ਼ਤਾ ਦਿੱਤਾ ਸੀ ਨਾ, ਮੂੰਹ ਪੁਜੇ ਮੂੰਹ ਇਵੇਂ ਡਿੱਠੇ, ਓਏ ਉਰੇ ਆਏ
ਹੋਏ ਹੋਏ ਤੈਨਾਂ ਲਾ ਰਿਹਾ ਇਹ ਜੋ 8:30 ਥੀ ਕਹਿਣ 8:35-40 ਤੁਸੀਂ ਕੋਲ ਕੋ ਨਹੀਂ ਗਿਆ ਹੁਣ ਸ਼ੋਦਾ ਡਰ ਰਹੇ ਉਹ ਬਾਲ ਦੇ ਬੋਲਣ ਤੋਂ ਪਹਿਲੇ ਮਾਂ ਬੋਲੀ ਉਹ ਕਹੇ ਵਹਿੰਦਾ ਪੀ ਆ ਬਸ ਤਾਂ ਮੈਂ ਖਸੈ ਰਾਤੀ ਡਾਢਾ ਬੁਖਾਰ ਆ ਸੀ ਕੁਮਾਤ ਯਾਨੀ ਕਿ ਤਹੱਫਜ਼ ਮਾਂ ਤਹੱਫਜ਼ ਦਾ ਨਾਮ ਹੈ ਮਾਂ ਪੁੱਤਰ ਨਾ ਲੈ ਕੇ ਨਾਲੋਂ ਟੱਪ ਗਏ ਹੱਥ ਨਹੀਂ ਸਕਿੱਦਾ ਸਲਾਮ ਨਹੀਂ ਸਕਿੱਦਾ ਔਰਤਾਂ ਪੁੱਛੇ ਕੋਨੇ ਵੀ ਬੁਲੇਂਦਾ ਮੈਂ ਕਿਹਾ ਵਾ ਲੈ ਕੇ ਜਲਦੀ ਚ ਸੀ ਬਹੁਤ ਚੰਗੇ ਬਹੁਤ ਚੰਗੇ ਮਾਂ ਸਲਾਮ ਜੋ ਨਿਸ ਕੀਤਾ ਉਹ ਕਿ ਜ਼ਿੰਦਗੀ ਹੋਵੇ ਸੁਬਾਲਾ ਉਹ ਸੀ ਜਲਦੀ ਚੋ ਸੀ ਲੈ ਕੇ ਮੈਂ ਜੋ ਆਧੀ ਪਈਆਂ ਲੈ ਕੇ ਖੁਸ਼ ਮਾਂ ਨਾਰਾਜ਼ ਤਾਂ ਨਹੀਂ ਥੀ ਅਫਸਰ ਬਣ ਗਏ ਕਰਨਲ ਬ੍ਰਿਗੇਡੀਅਰ ਜਨਰਲ RPO DPO DCO ਕਮਿਸ਼ਨਰ ਤਹਿਸੀਲਦਾਰ ਔਰਤਾਂ ਜੋ ਬਸ ਮੇਰਾ ਪੁੱਤਰ ਤਹਿਸੀਲਦਾਰ ਬਣ ਕੇ ਬਹੁਤ ਚੰਗੇ ਕੁਛ ਤੇ ਇਹ ਇੱਥੇ ਸਿਰ ਰੱਖ ਕੇ ਗੱਲ ਕਰੇ ਸੀ ਸਿਰ ਹਲਾਓ ਨਾ ਅੱਲਾ ਦੀ ਕਸਮ ਹੈ ਸ਼ੀਆ ਮਿਆਣੀ ਦਾ ਬੰਦਾ ਸਿਰ ਹਲਾਵੇ ਮੈਂ ਕੋਈ ਤਕਲੀਫ ਥੀ ਇਮਾਮ ਹੁਸੈਨ ਦੀ ਮੈਂ ਕੋਈ ਖੁਸ਼ਾਮਤ ਬੈਠਾ ਕਰੇ ਮੈਂ ਤਾਂ ਸੱਚ ਬੈਠਾ ਜਿਹਨਾਂ ਬੰਦਾ ਕੋ ਅੱਸਾ ਵਾਲੇ ਸਾਹਿਬ ਦੇ ਦੌਰ 'ਚ ਡਿੱਠਾ ਉਹ ਇੱਕ ਬੈਠਾ ਹੋਇਆ ਤਾਂ ਮਤਲਬ ਆਉਂਦਾ ਹਜ਼ਾਰ ਬੈਠੇ ਜੇ ਤੁਸੀਂ ਹਜ਼ਾਰ ਜੋ ਬੈਠੇ ਆਉਂਦੇ ਹੋ ਇਤਨਾ ਤਾਂ ਬੋਲੋ ਜੋ ਬੰਦੇ ਕੋ ਪਤਾ ਲੱਗੇ ਜ਼ਿੰਦਾ ਬੈਠਾ ਏਡੂ ਆਵਾਜ਼ ਹੀ ਆਈ ਏਡੂ ਆਈ ਸਲਾਮ ਨਿਸ ਕੀਤਾ ਉਹ ਆਖੋ ਬਾਲਾ ਆਈ ਬੜਾ ਲੈ ਕੇ ਇਹ ਮਾਂ ਮਾਂ ਮੈਡਾ ਬਚੜਾ ਜਰਨਲ ਬਣ ਗਈ ਅਲਹਮਦੁਲਿਲਾ ਰੋਜ਼ ਫੋਨ ਕਰੇਂਦੇ ਕੱਪੜੇ ਭੇਜਸ ਸਮਾਨ ਭੇਜਸ ਮੈਂ ਕੁਆ ਦੇ ਉਡਹੀ ਆਵਨ ਮੈਂ ਤਾਂ ਵਹਿੰਦੀ ਨਾ ਇਹ ਮਾਂ ਅੱਧੀ ਰਾਤ ਲੈ ਆਏ ਉੱਠੀ ਬੈਠੀ ਰੋਟੀ ਖਾਧੀ ਬਚੜਾ ਨਹੀਂ ਅੰਮਾ ਬਸ ਸੰਭੋ ਨਾ 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 ਪਕਾ ਦੇ ਮਾਂ ਖੁਸ਼ ਥੀ ਸੀ ਦੁਆ ਕਰੇ ਸੀ ਮਾਂ ਅੱਲਾ ਦੇ ਘਰ ਬੈਠਾ ਬਬੂਜ਼ੂ ਬੈਠਾ ਮਿੰਬਰ ਤੇ ਹੱਥ ਰੱਖ ਕੇ ਪਿਆਦਾ ਮਾਵਾਂ ਖੁਸ਼ ਥੀ ਦੀਆਂ ਬੱਚੇ ਲੈ ਕੋਵੇਨ ਸ਼ਾਹ ਸਕਬੁਲਾ ਦੁਆ ਫਰਮਾਇਆ ਮਦੀਨੇ ਦੀਆਂ ਔਰਤਾਂ ਜਿਹੜੇ ਨਬੀ ਦੀ ਧੀ ਕੋ ਲਾ ਕੇ ਬਾਵੇ ਨਾ ਧੀ ਰਸੂਲ ਦੀ ਸਰ ਉੱਚਾ ਕਰਕੇ ਆਖਿਆ ਅੱਲਾ ਨੂੰ ਬਚੜੇ ਦਿੱਤੇ ਨੇ ਜ਼ਿੰਦਗੀ ਆਉਣੇ ਜਵਾਨਾਂ ਨੇ ਜੰਨਤ ਦੇ ਸਰਦਾਰ ਅਤਾ ਮਾਤ ਪਿਓ ਮਾਤ ਦਾ ਨਾ ਫਰਮਾਨ ਅੱਲਾ ਦੀ ਲਾਨਤ ਉਸ ਆ ਜਿਹੜਾ ਪਿਓ ਮਾਂ ਦਾ ਨਾ ਫਰਮਾਨ 14 ਲਾਨਤ ਕਰੇ ਸਨ ਜਿਹੜਾ ਅੰਮਾ ਤੇ ਬਾਬੇ ਦਾ ਨਾ ਫਰਮਾਨ ਮੇਰੀ ਵੀ ਲਾਨਤ ਇਸ ਦੇ ਨਾਲ ਮਜਮੇ ਦੀ ਵੀ ਲਾਨਤ ਜਿਹੜਾ ਪਿਓ ਤੇ ਮਾਂ ਦਾ ਨਾ ਫਰਮਾਨ ਤੂੰ ਕਿਸ ਸਮਝਾਂਦੇ ਮਾਂ ਇਵੇਂ ਕੋਈ ਆਮ ਰਿਸ਼ਤੇ ਨਹਿਜੁਲ ਬਲਾਗਾ ਪੜ੍ਹ ਕੇ ਤਾਂ ਦੇਖਾ ਮੀਰ ਅਲ ਮੋਮਿਨੀਨ ਦੇ ਖੁਦ ਮੈਨ ਮੌਤ ਤੇ ਅਲੀ ਐਸੇ ਗੱਲਾਂ ਕੀਤੀਆਂ ਕਿ ਰੌਂਟੇ ਖੜੇ ਥੀ ਵੇ ਸ਼ਹਿਨਸ਼ਾਹ ਕਬਰਿਸਤਾਨ ਚੋਂ ਜੋ ਗੁਜ਼ਰੇ ਹਨ ਅਲੀ ਦੇ ਖੁਤਬੇ ਦਾ ਚੌਥਾ ਹਿੱਸਾ ਪਿਆ ਪੜਦਾ ਅਲੀ ਫਰਮਾਇਦੇ ਨੇ ਸਵਾਣੀ ਦੀ ਆਖੀ ਮੰਨ ਕੇ ਜੋ ਮਾਂ ਕੋ ਘਰੂ ਕੱਢ ਛੁੜਾ ਵੀ ਤੇਰੇ 'ਚ ਗੈਰਤ ਕੋਈ ਨਾ ਆਈ ਤੇ ਕੋਈ ਸ਼ਰਮ ਨਾ ਆਇਆ ਤੈ ਮੁਸ ਨਾ ਕੋ ਸਮਾਨ ਚਾਹ ਕੇ ਬੈਰ ਭਜਾ ਛੋੜੇ ਨਿਕਲ ਵੰਜ ਵਾਈਫ ਦੀ ਆਖੀ ਮੰਨ ਕੇ ਪਿਓ ਕੋ ਘਰੂ ਕੱਢ ਛੋੜਾ ਵੀ ਗੈਰਤ ਨਾ ਆਈ ਹੋਈ ਆ ਕੇ ਮਾਵੇ ਤੇ ਉਹ ਮਹਕੂਮ ਆਈ ਨੌਕਰਾਂ ਕਿਉਂ ਰਹੀ ਇਤਨਾ ਹੀ ਨਾ ਮੈਂ ਆਖ ਸਕਦਾ ਤੇਰੀ ਸੱਸ ਹੈ ਮੇਰੀ ਮਾਂ ਹੈ ਤੇਰਾ ਸਹੁਰਾ ਹੈ ਮੇਰਾ ਪਿਓ ਹੈ ਤੇ ਕੋ ਸਵਾਣੀ ਜੋ ਆਖੇ ਤੇ ਆਖੇ ਜੀਆ ਜੀਆ ਜੀਆ
तू तो मर गया में तेरी कब्र दी मिट्टी सिन्नी आई है जो खुशकी नहीं थी वो अगर निकाह कर गिदे मैं अली आखे ते को दसी माँ इतना वजन है लफ्ज माँ इसको मसैब ना समझे खुदा दा ना आए मैं लफ्ज माँ दी अहमियत वास्ते जुमला ना खा मैं समझा ना सक दस मुहर्रम नू जेड़े हजरत कासिम हमला कीता है ते अर्जक मलोन सामने आए हुसैन जो दुआ मंगिया कबूल ना हो गया इत्था हुसैन लफ्ज माँ दा मकाम रस है उबाले कदम चा के खेमे अम्मा फिजा कासिम दिमाग किथे मेरा नाना आधा होंदा जद औलाद ते मुसीबत आवे माँ दुआ मंगे अल्लाह कबूल करे समझ आ रही है इत्थे इमाम आली मकाम ने लफ्ज माँ दी अहमियत सामने रखी है माँ कह को आते बाकी इमाम हुसैन दुआ मंगिया की में कबूल ना हुज्जत खुदा है मासूम है लेकिन इत्था इमाम हुसैन लफ्ज माँ दी अहमियत दसीए मैदान करबला च माँ कह को आते जद हर रिश्तेदार छोड़ वजे मां न छोड़े से मेरा सोना ये हकीकत है इस गल को सुनाए नहीं तो को जहरा दवास्ते नोत की दी गल को पल्ले बनाए बिरा छोड़ वैसेन भैणा छोड़ वैसेन मसात पितरेर खूनी रिश्तेदार दूर दे करीब दे दोस्त छोड़ वैसेन उत्था मां न छोड़े सी ते जद बंदे को दुख वेड़ वजन वेले माँ याद आती माँ याद इशारा करे सा मैं हजार दफा आख मैंने जदा दुख वेड़ वजे ना शिया में आनी आ ले वत माँ याद जै हूं है न कीती बतूल की कसम है दुख गिन के वैसा जेडे दीगेरे ने हुसैन को तीर लगे न पास इवें हंजू डटियन ते फरमाए देन अम्मा जारा ये हूं रोने हो सर हाय अम्मा अम्मा में को तीर खाकी सैयदादा तेरी जद दी कसम है अमामा गरीब द एक पासे डटे हुण जै है न कीती खिजर शाह जी दुख गिन के वैसा मेरो देखी ना दे अली पढ़ के आलिया दे भेरा तीर छिके खून द फवारा निकले मेरो लिखे जख्म ते हाथ जो आए हुसैन पिछे मुंह करके आ दे अम्मा ओले ओले आवाज आंदी है मैं आ गई हाँ पिछा मुंह करके आ दे बहु मारा दे अम्मा मेरे मेहमान मारे ने मेरे नादान मारे ने मेरे ज़ईफ मारे ने कैसी रूहानियत है हर बंदा नहीं रो पिया करीमेदर मौला सैयद रेवी जिक्र द सदका साढ़ा 30 साल का मेरा तजर्ब है मैं त्री जी पुश्ती चु इमाम हुसैन का छोटा जी अदाक करा सा तजर्ब है जिथा कोई बैठा होंदा ना बैठा रोंदा होंदा है रोवन तो मुरादे कहती हंज डह पई ता सवाब कह हाय कीती ता सवाब कह जेने सोचा एडे वडे घर को लुट्टा क्यों इन्हें ता सवाब सवाब जड़ा गरु टुरांद है वो इबादत वास्ते इसाले सवाब दी मजले से जिना जिना वास्ते बचड़े जीवनी जिक्र कराया ने मेरा अल्लाह हुसैन दी इज्जत दा सदका उन्हां दे मजीद दर्जात वारिस होवे ना कुरान पढ़े से नमाजा रोजे आजादारी मातम मैं पीर खिजर पूरी दुनिया च पढ़े अमेरिका कनेडा नहीं गया पै 38 तो 40 मुल्कां दे विच मैं गया मैं किथाई नहीं सुना
جو مقتول دیاں بہن آخ ہوے قاتل کو اجازت ہے اس رو میں بہن پوچھتی دیا نہیں پوچھتی اللہ دا گارے قسمن پیا تھا پہلی بہن ہے جن بارہ محرم کو سجاد کو آخ شمر کو آخ میں کوئی اجازت دے وے میں دے دیا ستا کی نبی دی جولی سب کیویں ستا پیا حرمیاں دے ہک وین دی اجازت ہے ٹائم تھوڑا ہے زینب آدھی والا بہو ہے مت نہ چکر میں 6-7 کتاب شیعہ میانے خصوصاً سید تے خصوصاً ماتمی ہائے کر چھوڑے میں ہی میں پڑھے جی میں غازی گھوڑے تو لتھا علی دیدی جا کو شرم آوے میں نے دیکھے سر جی کا یہ نہیں روندے بیٹھے جوان یہ ماتمی نہیں روندے بیٹھے سید نہیں روندے زندگی ہوئی اللہ حیات علی دی دی ایویں اٹھ تو لتی اے جویں فضل دا بابا گھوڑے تو لتا سیدھی مقتلی چاہیے تیر ہٹے نیزے ہٹے تلواری ہٹائیس ریت ہٹائیس کٹھے ورا تے نگاہ ایتھا میں کو اپنے استاد مرحوم 14 دے سائت لہین ساڈا ایمان ہے آغا نسیم عباس میرے استاد مرحوم دے ایک لفظ یاد آ گیا تو کو سمجھ آئی نا تو بستر تے بھی ہائے نکل سی قبلہ پہ فرمائیں ہیں جڑے کٹھے بھرا دی حالت ڈٹھی سی ود چولا ڈٹھا سی روک روک کے بیٹھی جا دیے تیرا بچپن میں کو یاد ہے ای دنیا اما کو لاڈوں بھرا کھڑے آوے اما جی دے سارے کپڑے ہائے تکار چھوڑا تیرے نالا جان عمل میں اما کا منگا دینیا میں کو چنگی طرح یاد ہے جنت چوں جبریل تیرے دو جوڑے گھن آیا ایک حسن پاتا ایک تہ پاتا میں اسے ماں دا دودھ پیتا ہے جائیں کپڑے منگایا نی اجازت دینے آج بھین تیری کفن منگے سبحان اللہ سبحان اللہ اللہ سلامت اللہ سلامت بھائی تھا ہی کو میں سنو میں ختم کر میری امید تو زیادہ رو بیٹھے مظلوم دی غربت تے ہائے ضرور کی تھی کوئی کشامت نہیں نہ نام بریے ہتھ بدی کھڑو تا تو آدھی عبادت واسطے سا کو آکھنا پوات ہے ہائے چکی تھی ہاں جناوے ثواب تھی وے اوکھی اٹھی یہ لاش تو موں اوکھی پہلی پیشی اس کوفہ دا دربار 12 محرم کو قافلہ ٹرے دی گردی اللہ اکبر تھئیے کوفہ دے بازار داخل تھی یہ چند بندے رہ گئے ہن دیکھ سا کس کس اکھوں تے مور لگی ہوئی اتھائی میری سین رکیے تے دیکھیا دی سجاد ہر ظلم سہ گئی من شمر کو آخ میری اما دیے راہ بدلے سامنے او گھر رہے جتھا میں قرآن پڑھے دیا ہائے کیتی کرو چاس میں شاہ جی لکا نہ سکدا ناراض نہ تھی 12 بیبیاں رسی ایک نہیں سمجھے جوانی نصیب بیبیاں بچنا دی زندگی ہوئی بیبیاں 12 شاباش میں رسول رسی ایک ہون ناراض نہ تھی وے دل کو تکلیف ہوے تا دو بچیاں ہی ہو جائیں ہاں جنا دے گل وچ رسی آئی حسین دی تھی بھائی مسلم گل وچ متورا زین نہ پھیرا اتھائی پیر خضر ایک وینڈ سن
75 تو 80 سال دی بڈھڑی عورت، اے گڈھڑی چھوٹی جی، اے انج سوٹی جس رش موائی نا، ہر پاسو آواز آئی ہے مارو مارو، عورتوں نو ہٹین دی ہٹین دی، میرو دیکھی جناب فضا دے نال کھڑی، بڑی اوکھی کمر سدھی کیتی، سلام میرا بھی سلام، مال ملاقات بی بی تیری میری پہلی، ناراض نہ تھی میں کتوں آندے پائے ہو تو سہائے نہیں کیتی نا، سلام میرا بھی سلام، بی بی تیری میری ملاقات پہلی کتوں آندے پائے ہو، بی بی آدھی کربلا تنو سمجھ نہیں آئی میں جو چہرے پڑ گئے دن، اچھا تہاڈا گھر جیڑا ہے او کربلا ہے، فضا دی ساڈا گھر کربلا نہیں، اساں آندے کربلا چوں، تہاڈا گھر بی بی آدھی بسم اللہ الرحمن الرحیم مدینہ محمد، اتنا قریب قریب گلاں کیوں پوچھتی، ادی بی بی ناراض نہ تھی میں، یہ جتنیاں بیبیاں رسی وچ قید ہیں نا انہاں چ کوئی غازی دی بھین ہے، اکھاں واس پئیاں رکیہ دی آواز پیاں دی ضعیفہ غازی دی بھین، میں ہائے کر تھوڑا آواز چل، سادات غیر سادات عورت کو لا کھڑیے بی بی میرا سلام، ہائے ضرور کی تھی کوئی عورت دی آواز پیانی ہے میرا سلام، علی دی دیدیاں ہنجو ڈٹھیاں ضعیفہ میرا سلام، کیوں میرا کھڑی پوچھ دیا ہوئے آدھی بی بی میرا نا توے، میں او عورت جیند گھر مسلم بن اکیلا آخری رات مہمان، اللہ گواہ سیدادا جڑے مسلم دا نام ہے ایڈی رنی گلے والی رسی ترٹ گئی، بی بی دی آواز پیان دیے کلا یا جوڑی نال آیا، واہ بھائی سبحان اللہ، یہ تو کربلا بن گئی، بی بی دی آواز پیاں دیے کلا یا جوڑی نالا، ہر بندہ نہیں روندا، مولا صحت نے وی نہ آنسواں دا صدقہ، پیر خضر شاہ جی ساڈے بڑے تجربے ناک تے مہر لگے تاں جاندی ہے روحانیت دسیں دیئے بدنی کہندے پاس نال رات بیٹھ رندو، رکیہ دی آواز پیان دیئے کلا یا جوڑی نالا، اے ہون رنے ہو سارے بسم اللہ، اے تا کربلا بن گئی بی بی آدھی کلا یا بچڑے نالا، آیاتیوں بھی روحانیت دے سیندی ہیں وارس آئے بیٹھن، توا دی آواز پیان دیے کلا نا جوڑی نالا، او تیری جوانی دی گزم ہے میرو لکھے جڑے جوڑی دا نام ہے رکھیا ڈو قدم اگل مار کے آ دیے دبا تیرے گھر جو مہمان ہیں مینو چھوٹے بچڑے دا حال، توا دیے آدھ رات ڈلی ہے تریے میرے گھر، بی بی تیرے چھوٹے بچڑے دا جملہ مینو قبر تک نہ بھول سی، ہائے کر چھڑے
ਮੈਂ ਬਿਸਤਰ ਖੜੀ ਬਣੈਨੀ ਐਂ ਤੇਰਾ ਛੋਟਾ ਮੇਰੇ ਅੱਗੋਂ ਹੱਥ ਬਣਦਾ ਰੋ ਰੋ ਗਿਆ ਦਾ ਤਵਾਤਰੀ ਜਨੀਏ ਮੈਂ ਭੁੱਖਾ ਵੋ ਮੇਰੀ ਮਾਂ ਦੂਰ ਮੇਰੀਆਂ ਭੈਣਾਂ ਇਹ ਹੁਣ ਰੋਂਦੇ ਹੋ ਇਹ ਤਾਂ ਕਰਬਲਾ ਬਣ ਗਈ ਬਿਸਮਿਲ੍ਲਾ ਹਾਏ ਜ਼ਰੂਰ ਕੀਤੀ ਕਰੋ ਰੂਹਾਨੀਅਤ ਹੈ ਸਵਾਬ ਹੈ ਬੜੇ ਮੌਲਾ ਨਮਾਜ਼ੀ ਬਣਾਵੀ ਨਾ ਆਂਸੂਆਂ ਦਾ ਸਦਕਾ ਸ਼ਲਖੈਂ ਦੁੱਖ ਦਰਦ ਗਮ ਵਿੱਚ ਨਾ ਰੋਵੇਂ ਜਿਹੜਾ ਹੁਸੈਨ ਦੇ ਗੁਰਬਤ 'ਤੇ ਹੈ ਕਰਦਾ ਹੁਣ ਆਖੋ ਤਾਂ ਹੇ ਔਖਾ ਜੁਮਲਾ ਪੜ੍ਹਾਂ ਜਾਂ ਛੋੜ ਦੇਵਾਂ ਤੁਹਾਨੂੰ ਜ਼ਹਰਾ ਦਾ ਵਾਸਤਾ ਜ਼ਬਾਨ ਹਲਾਓ ਮੈਂ ਵਾਸਤਾ ਦਿੱਤਾ ਪੜ੍ਹਾਂ ਚਾ ਸਾਰੇ ਬੋਲੋ ਜ਼ਬਾਨ ਹਲਾਓ ਪੜ੍ਹਾਂ ਚਾ ਨਾਰਾਜ਼ ਨਾ ਥਿਵੇਂ ਅੱਲਾ ਗਵਾਏ ਸੈਯਦਾਦਾ ਜਿਹੜੇ ਜੋੜੀ ਦਾ ਨਾਮ ਆਏ ਮੈਨੂੰ ਲਿਖਿਆ ਏਡੀ ਰੁੰਨੀ ਏ ਹਮੀਦਾ ਖਾਤੂਨ ਮੁਸਲਿਮ ਦੀ ਧੀ ਓ ਸ਼ੀਆ ਮਿਆਣੀਆਂ ਲਿਆਓ ਗੱਲੇ ਵਾਲੀ ਰੱਸੀ ਤਰੁੱਟ ਗਈ ਰੋ ਰੋ ਕੇ ਖੜੀਆ ਦੀ ਤਵਾ ਚਿੱਟੇ ਦੀਨ ਮੇਰਾ ਬਾਬਾ ਤੁਹਾਡੇ ਸ਼ਹਿਰ ਮਾਰਨ ਵਾਲੇ ਕਿਤਨੇ ਮੇਰਾ ਬਾਬਾ ਜੋ ਕੱਲਾ ਹੁਸੈਨ ਦੀ ਅੰਮਾ ਇਹਨਾਂ ਨੌਕਰਾਂ ਨੂੰ ਹੁਣ ਰੋਂਦਾ ਦੇਖ ਇਹਨਾਂ ਮਾਤਮੀਆਂ ਨੂੰ ਵੈਣ ਕਰਕੇ ਰੋਂਦਾ ਦੇਖ ਤਵਾ ਦੀ ਬੀਬੀ ਦੱਸਾਂ ਚਾ ਹਮੀਦਾ ਦੀਆਂ ਜ਼ਰੂਰ ਲੱਸਾ ਹੁਣ ਮਰਦੇ ਹੋ ਤਾਂ ਮਾਤਮੀਆਂ ਮਰ ਜਾਓ ਲੁਕੈਂ ਦਾ ਨਾਂ ਨੌਂ ਜ਼ਿਲ੍ਹਾ ਹਜਾਈ ਹਾਏ ਘਰ ਛੁੜੇ ਦੋ ਮੰਜ਼ਿਲਾ ਮਕਾਨ ਚਿੱਟਾ ਦੀਆਂ ਜ਼ਮਾਨਾ ਦੇਖਣ ਵਾਲਾ ਤੇਰੇ ਬਾਬੇ ਨੂੰ ਦੋ ਮੰਜ਼ਿਲੇ ਮਕਾਨ ਤੇ ਲੈ ਗਏ ਮਾਫ਼ੀ ਦਿਵਾਏ ਹੀ ਕਹਰਾਮੀ ਜ਼ੁਲਫਾਂ ਚ ਬਾਏ ਜ਼ਾਲਿਮ ਤਲਵਾਰ ਮਾਰੀਏ ਲਾਸ਼ ਜ਼ਮੀਨ ਤੇ ਆਈ ਮਰਹਬਾ ਮਰਹਬਾ ਲਾਸ਼ ਜ਼ਮੀਨ ਤੇ ਆਈ ਹੈ ਜਿਹੜਾ ਮਾਹੌਲ ਬਣ ਗਈ ਹੈ ਸੈਯਦੋ ਇਜਾਜ਼ਤ ਦਿਓ ਪੜ੍ਹਾਂ ਜਾਂ ਰਿਵਾਇਤ ਛੋੜ ਦੇਵਾਂ ਤੁਹਾਨੂੰ ਜ਼ਹਰਾ ਦਾ ਵਾਸਤੇ ਬੋਲੋ ਪੜ ਛੋੜਾਂ ਬੀਬੀ ਆਦੀਏ ਲੁਕਾ ਨਹੀਂ ਤਵਾ ਅੱਖਾਂ ਨਸਾ ਤਵਾ ਦੀਆਂ ਹੰਝੂ ਡੱਠੀਆਂ ਆਦੀਏ ਇੱਜ਼ਤ ਵਾਲੀ ਥੈਣ ਜਿਹੜੇ ਵੇਲੇ ਗੱਲੀ ਚ ਲਾਸ਼ ਆਈਏ ਤ੍ਰਾਏ ਹਰਾਮੀ ਭਜਦੇ ਹੈ ਇੱਕ ਦੇ ਹਾਥੀ ਚ ਰੱਸੀ ਆਈ ਮੁਸਲਿਮ ਦੇ ਪੇਰ ਚ ਰੱਸੀ ਪਾਤੀ ਨੇ ਕੈ ਵੇਲੇ ਊਂ ਗੱਲੀ ਜਿਹਦੇ ਲਾਸ਼ ਵਹਿੰਦੀ ਆਈ ਜੋੜੀ ਨਾਲ ਵਧੀ ਇਹ ਹੁਣ ਰੁਨੇ ਰੁਨੇ ਹੁਣ ਬਿਸਮਿਲ੍ਲਾ ਆਖਰੀ ਜੁਮਲਾ ਖਤਮ ਮੇਰੀ ਉਮੀਦ ਤੂੰ ਜ਼ਿਆਦਾ ਰੋ ਬੈਠੇ ਜੈ ਹੁਣ ਤੱਕ ਹਾਏ ਨਹੀਂ ਕੀਤੀ ਆਖਰੀ 70 ਹਾਏ ਕਰ ਛੋੜ ਇਬਾਦਤ ਵਿੱਚ ਇਜ਼ਾਫਾ ਹੋ ਜਾਏ ਉਹ ਸੈਯਦਾਦਾ ਯਕੀਨ ਕਰੇ ਕਾਫਲਾ ਟੁਰ ਪਈ ਹੈ ਹਾਏ ਨਹੀਂ ਕੀਤੀ ਹਾਏ ਕਰ ਛੋੜ ਕਾਫਲਾ ਟੁਰ ਪਈ ਹੈ ਮੇਰੇ ਲਿਖਿਆ ਜਿਹੜੇ ਹੁਸੈਨ ਦੇ ਸਰ ਵਾਲੀ ਸਾਂਗ ਮੁਸਲਿਮ ਦੇ ਸਰ ਦੇ ਸਾਹਮਣੇ ਆਈ ਹੈ ਹੁਸੈਨ ਦੀਆਂ ਹੰਝੂ ਡੱਠੀਆਂ ਮੁਸਲਿਮ ਦੀ ਆਵਾਜ਼ ਪੈ ਜਾਂਦੀ ਹੈ ਮੌਲਾ ਤੇਰੇ ਅਕਬਰ ਦੇ ਅਰਮਾਨ ਵਾਹ ਭਾਈ ਇਹ ਤਾਂ ਕਰਬਲਾ ਦਾ ਮੰਜ਼ਰ ਬਣ ਗਈ ਹੈ ਵਤ ਮੁਸਲਿਮ ਦੀਆਂ ਹੰਝੂ ਡੱਠੀਆਂ ਤੇਰੇ ਅਸਗਰ ਦੇ ਅਰਮਾਨ ਸ਼ਬੀਰ ਰੁਖ ਫੇਰੇ ਫਰਮੈਂਦਨ ਮੁਸਲਿਮ ਤੇਰੀ ਜੋੜੀ ਦੇ ਅਰਮਾਨ ਅੱਲਾ ਜਾਣੇ ਇਹ ਚੰਦ ਜਵਾਨ ਕਿਸ ਖਿਆਲ ਹੀ ਸੁਣ ਰਹੇ ਅੱਲਾ ਗਵਾਏ ਸੈਯਦਾਦਾ ਜਿਹੜੇ ਸਜਾਦ ਸਰ ਦੇ ਤਲਿਆ ਨਕਸ਼ਾ ਬਣਾਏ ਇਮਾਮ ਉੱਤਾਂ ਦੇਖਿਆ ਮੁਸਲਿਮ ਦੀਆਂ ਅੱਖਾਂ ਬੰਦ ਹੋ ਵਜਨ ਸਜਾਦ ਦੀ ਆਵਾਜ਼ ਪਜਾਂਦੀ ਹੈ ਚਾਚਵੋ ਨਰਾਦੇ
مسلم دی آواز پیاندی ہے میں ناراض تھا نا ایک گل دا میرا بچڑا ہنے جواب دے کیوں گھنا ہے زینب بازار دے وچ میں کون داس توں دین نہ دہا دین موقع نہ سال ویندی وا الہی کیوں گھنا ہے زینب بازار دے وچ میں کون داس توں دین نہ دہا دین موقع نہ سال ویندی سیدہ دین اے وچ بازار رن آن دی ودی منگ دیے چا الہی مجلس اذان منظور و مقبول فرما بانی مجلس دے خاندان دے تمام مرحومین دے درجات بلند فرما جنہ واسطے ذکر پاک کرایا جا رہے ہیں انہوں دے درجات بلند فرما من اللہ حاضرین دے گناہ میں حقیر سمیت معاف فرما مومن مخصوص شفا عطا فرما امام حسین دی عزت صدقہ کریم درگو شفا عطا کوئی بیمار ہے کوئی مریض ہے صحت عطا فرما اوکھا جی دور ہے میرا اللہ ملک پاکستان دی حفاظت فرما علی ولی اللہ پڑھن والے عزاداراں دا تحفظ فرما امام زمن دا جلد ظہور فرما وہ ویڑے وسطے رامین جتھا مظلوم دا ذکر ہوندا ہے اللہم صل